ਇੱਥੇ ਇੱਕ ਪਿਛਲੇ ਦਿਨਾਂ 'ਚ ਜਿਹੜਾ ਅੰਤਰਰਾਸ਼ਟਰੀ ਖਿਡਾਰੀ ਹੈ ਪੰਮਾ ਸਿੰਘ ਠੀਕਰੀ ਵਾਲ ਤੋਂ ਵਜ਼ੀਰਾ ਸਿੰਘ ਅਮਲਾ ਸਿੰਘ ਵਾਲੇ ਤੋਂ ਉਹਦੇ ਨਾਲ ਉਹਦੇ ਦੋ ਸਾਥੀ ਹੋਰ ਸੀ ਰਾਜਾ ਸਿੰਘ ਰੈਸਰ ਵਾਲਾ ਅਤੇ ਇੱਕ ਹੋਰ ਦਾ ਸਾਥੀ ਚੀਮਿਆਂ ਤੋਂ ਸੀ ਤਾਂ ਇਹ ਚਾਰੇ ਕਿਸੇ ਹੋਟਲ ਦੇ ਉੱਤੇ ਰੋਟੀ ਖਾ ਰਹੇ ਸੀ ਤਾਂ ਉੱਥੇ ਇੱਕ ਝਗੜਾ ਹੁੰਦਾ ਝਗੜੇ ਦੇ ਵਿੱਚ ਗੱਲਬਾਤ ਇਹ ਹੁੰਦੀ ਹੈ ਵੀ ਕਹਿੰਦੇ ਇੱਕ ਪੁਲਿਸ ਵਾਲਾ ਜਿਹੜਾ ਮਾਰਿਆ ਜਾਂਦਾ ਚਲੋ ਜਿਹੜਾ ਵੀ ਪੁਲਿਸ ਵਾਲਾ ਗਿਆ ਅਸੀਂ ਉਹਦਾ ਵੀ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਕਿਸੇ ਮਾਂ ਦਾ ਪੁੱਤ ਮਰਿਆ ਕਿਸੇ ਦਾ ਘਰ ਵਾਲਾ ਮਰਿਆ ਕਿਸੇ ਜਵਾਕਾਂ ਦਾ ਪਿਓ ਮਰਿਆ ਉਹ ਵੀ ਸਾਡੇ ਹੀ ਪੰਜਾਬੀ ਭਰਾ ਸੀ ਪਰ ਜਿਸ ਤਰ੍ਹਾਂ ਦੀ ਕਹਾਣੀ ਉਦੋਂ ਬਾਅਦ ਪੁਲਿਸ ਨੇ ਸ਼ੁਰੂ ਕੀਤੀ ਹੈ ਝੂਠਾ ਇੱਕ ਮੁਕਾਬਲਾ ਬਣਾ ਕੇ ਗੈਂਗਸਟਰ ਦਾ ਠੱਪਾ ਲਾ ਕੇ ਗੈਂਗਸਟਰ ਫੜੇ ਗਏ ਹੈ ਗੈਂਗਸਟਰਾਂ ਨੇ ਪੁਲਿਸ ਵਾਲਾ ਮਾਰਤਾ ਜੀ ਹਾਲਾਂਕਿ ਉਹ ਅਚਨਚੇਤ ਘਟਨਾ ਹੈ ਪਰ ਇਹ ਗੱਲ ਧਿਆਨ ਦਿਓ ਕਿ ਕੱਲ੍ਹ ਨੂੰ ਕਿਸੇ ਨੂੰ ਵੀ ਫੜ ਕੇ ਮਾਰ ਦੇਣਗੇ ਇੱਥੇ ਕੋਈ ਸੁਣਵਾਈ ਨਹੀਂ ਹੋਣੀ ਇਸ ਕਰਕੇ ਉਹ ਨਹੀਂ ਗੱਲ ਆਉਂਦੀ ਵੀ ਦੂਜੇ ਦੇ ਘਰੇ ਲੱਗੀ ਅੱਗ ਸਾਨੂੰ ਕਈ ਵਾਰੀ ਬਸੰਤਰ ਲੱਗਦੀ ਹੁੰਦੀ ਹੈ ਜਦੋਂ ਸੇਕ ਲੱਗਦਾ ਉਦੋਂ ਆਪਣੇ ਘਰੇ ਲੱਗਦੀ ਹੈ ਇਹ ਘਾਣ ਜਿਹੜਾ ਪੰਜਾਬ ਦੀ ਜਵਾਨੀ ਦਾ ਕਰਨਗੇ ਸੋ ਚੁਕੰਨੇ ਹੋ ਜਾਓ ਇਕੱਠੇ ਹੋ ਕੇ ਲੜੋ।